ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਆਪਾਂ ਜਿਸ ਘਰ ਤੋਂ ਵੀਡੀਓ ਬਣਾਉਣ ਜਾ ਰਹੇ ਹਾਂ, ਪਿੰਡ ਜੌੜ ਸਿੰਘ ਵਾਲਾ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ, ਵੀਰ ਹਰਵੇਲ ਸਿੰਘ ਦੇ ਫਾਰਮ 'ਤੇ ਪਹੁੰਚੇ ਹਾਂ। ਦੋਸਤੋ, ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ, ਪਸ਼ੂ ਵਪਾਰ ਦਾ ਕੰਮ ਆ, ਰੂਟੀਨ ਦੇ ਵਿੱਚ ਪਸ਼ੂ ਇਸ ਘਰੇ ਆਉਂਦੇ ਆ। ਅੱਜ ਦੋਸਤੋ ਟੋਟਲ 6 ਵੈੜਾਂ ਵੀਰ ਲੈ ਕੇ ਬਿਲਕੁਲ ਹਾਜ਼ਰ ਹੋਇਆ, ਅਤੇ 1 ਵੈੜ ਸੂਈ ਸਵਾਈ ਆ, 1 ਮੱਝ ਬੁਰੀ, ਤੇ ਬਾਕੀ ਦੋਸਤੋ ਸਾਰੀਆਂ ਵੈੜਾਂ ਗੱਬਣ ਆ। 1 ਮੱਝ ਤੁਹਾਨੂੰ ਦਿਖਾ ਦਾਂਗੇ, ਬੂਰੀ ਮੱਝ ਆ, ਸੂਈ ਸਵਾਈ, ਠੀਕ ਹੈ। ਟੋਟਲ 7 ਨਾਗ, 2 ਪਸ਼ੂ ਸੂਏ ਸਵਾਏ ਆ, ਬਾਕੀ ਦੋਸਤੋ ਸਾਰੇ ਗੱਬਣ ਆ, ਤੇ ਬਾਕੀ ਵੈੜਾਂ ਕਾਫੀ ਖੂਬਸੂਰਤ ਆ ਦੋਸਤੋ। ਚੰਗੀਆਂ ਵੈੜਾਂ ਆ ਵਿੱਚ, HF ਬਰੀਡ ਦੇ ਵਿੱਚ ਵੈੜਾਂ, ਕੁਝ ਕ੍ਰੋਸ ਪਾਉਣ ਦੇ ਵਿੱਚ ਆ, ਤੇ ਪੂਰੀ ਡਿਟੇਲ ਜਿਹੜੀ ਆ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ। ਸੋ ਸਾਰੇ ਵੀਰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ, ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ। ਤੇ ਅੱਜ ਦੋਸਤੋ 20 ਤਰੀਕ ਹੈਗੇ, 20 ਜਨਵਰੀ ਨੂੰ ਪੂਰੀ ਦਰਗੇ ਕਰਤੀ ਲੈ ਪਹੁੰਚੀ ਸਵੇਰ ਦੋਸਤੋ, 21 ਜਨਵਰੀ ਨੂੰ ਸਵੇਰ 6 ਵਜੇ ਵੀਡੀਓ ਨੂੰ ਅਪਲੋਡ ਕਰ ਦਿਆਂਗੇ। ਸੋ ਐਨੀਮਲ ਜਿਹੜਾ ਵੀ ਪਸੰਦ ਆਊਗਾ, ਨਰਕ ਪਰਕ ਤਸੱਲੀ ਆ, ਤੁਸੀਂ ਘਰ ਆ ਕੇ ਕਰ ਲਿਓ, 2 ਡੰਗ ਚੁਆਈ ਕਰਕੇ, ਜਿਹੜਾ ਪਸ਼ੂ ਸੋਇਆ ਸੋਇਆ ਗੱਭਣ ਪਸ਼ੂ ਆਪਣਾ ਦੋਸਤੋ, ਚੌਂ ਤਰ੍ਹਾਂ ਦੀ ਤਿੱਪ ਕੇ ਕੋਈ ਵੀਰ ਤਸੱਲੀ ਕਰਕੇ ਆਪਣਾ ਪਸ਼ੂ ਖਰੀਦ ਸਕਦਾ। ਆਓ ਕਰਦੇ ਆ ਗੱਲਬਾਤ। ਸਭ ਤੋਂ ਪਹਿਲਾਂ ਵੀਰ ਹਰਵੇਲ ਸਿੰਘ, ਸਤਿ ਸ਼੍ਰੀ ਅਕਾਲ। ਹਾਂਜੀ ਸੰਧੂ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਸ਼ ਵਿਦੇਸ਼ ਜਾਂ ਇੱਥੇ ਦੇਖ ਰਹੇ ਚੈਨਲ ਨੂੰ ਪਿਆਰ ਦੇ ਰਹੇ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਹ ਠੀਕ ਠਾਕ ਵੀਰ ਜੀ? ਵਧੀਆ ਬਾਈ ਹਰਵੇਲ ਸਿੰਘ, ਹੋਰ ਠੀਕ ਠਾਕ? ਚੱਲੀ ਜਾਂਦਾ ਬਾਈ। ਅੱਛਾ ਹਰਵੇਲ ਬਾਈ, ਪਸ਼ੂ ਅੱਜ ਵੱਡੀ ਗਿਣਤੀ ਦੇ ਵਿੱਚ ਆਪਣੇ ਕੋਲ ਵੈੜਾ ਨੇ। ਬਸ ਸੰਧੂ ਸਾਹਿਬ ਇੱਦਾਂ ਹੀ, ਰੋਜ਼ ਦੀ 1 ਦੀ 10 ਪੈ ਜਾਂਦੀ ਆ। 2-3 ਦਿਨ ਤੋਂ ਆਪਣਾ ਵੀ ਸਮਾਂ ਨਹੀਂ ਮਿਲਿਆ, ਘਰੇ ਰੁਕਣ ਦਾ, ਗਾਹਕ ਆਉਂਦੇ ਸੀਗੇ। ਠੀਕ ਆ ਜੀ, ਤੇ ਫਿਰ ਉਹਦਾ ਲੋ ਵੀ ਦੋਸਤੋ ਸਮਾਂ ਇਜਾਜ਼ਤ ਥੋੜਾ ਜਿਹਾ ਘੱਟ ਦਿੰਦਾ, ਕਿਉਂਕਿ ਜ਼ਿਆਦਾ ਲੇਟ ਨਾਈਟ ਨਾ ਹੋਵੇ। ਆਪਾਂ ਇਕੱਲੇ ਇਕੱਲੇ ਐਨੀਮਲ ਦੀ ਡਿਟੇਲ ਲੈ ਲੈਂਦੇ ਹਾਂ, ਜਿੰਨੀ ਵੀ ਸ਼ੋਟ ਦੀ ਡਿਟੇਲ ਲਈ ਜਾਂਦੀ ਆ ਦੋਸਤੋ, ਉਨੀ ਸ਼ੋਟ ਦੀ ਆਪਾਂ ਡਿਟੇਲ ਲੈ ਕੇ ਵੀਰ ਤੋਂ ਤੁਹਾਡੇ ਨਾਲ ਜਿਹੜੀ ਦੋਸਤੋ ਸਾਂਝੀ ਕਰਦੇ ਹਾਂ, ਕਿਉਂਕਿ ਸਮਾਂ ਜ਼ਿਆਦਾ ਖਰਾਬ ਨਹੀਂ ਕਰ ਸਕਦੇ, ਥੋੜਾ ਰਾਤ ਦਾ ਸਮਾਂ, ਸ਼ਾਮ ਦਾ ਸਮਾਂ, ਤੇ ਇਕੱਲੇ ਇਕੱਲੇ ਐਨੀਮਲ ਦੀ ਜਿਹੜੀ ਦੋਸਤੋ ਡਿਟੇਲ ਵੀ ਮਿਲ ਜੇ, ਤਾਂ ਤੁਹਾਨੂੰ ਜਿਹੜਾ ਪਸ਼ੂ ਵੀ ਚੰਗੀ ਤਸੱਲੀ ਨਾਲ ਦੇਖ ਪਏ। ਅੱਛਾ ਬਾਈ ਹਰਵੇਲ, ਪਹਿਲੇ ਨੰਬਰ ਤੋਂ ਕਿਹੜੇ ਪਾਸਿਓਂ ਕਰਦੇ ਆ? ਸੰਧੂ ਸਾਹਿਬ ਆਪਾਂ ਗਾਵਾਂ ਤੋਂ ਸ਼ੁਰੂ ਕਰ ਲਈਏ। ਲਿਓ ਜੀ, ਤੇ ਮੱਝ ਦਾ ਵੀ ਦੱਸ ਦਾਂਗੇ। ਠੀਕ ਹੈ ਜੀ ਸੰਧੂ ਸਾਹਿਬ। ਅੱਛਾ ਜੀ, ਇਹ ਵੈੜ ਆ ਦੂਜੇ ਸੂਹੇ ਸੂਣਾ ਇਹਨੇ। ਓਕੇ, ਬਿਲਕੁਲ ਗੱਬਣ ਤਿਆਰ ਹੀ ਆ, ਕਰੀਬ 5-4 ਦਿਨ ਦਾ ਸਮਾਂ ਖੜਦੀ ਆ। ਓਕੇ, ਚੰਗਾ ਕੱਦ ਕਾਠ ਆ। ਸੋ ਦੋਸਤੋ ਦੂਜਾ ਸੂਆ ਵੈੜ ਦੇ ਸੂਣਾ, ਕੱਦ ਕੁੱਦ ਚੰਗਾ ਸੂਣਾ, ਮੋਸਟਲੀ ਆਪਾਂ HF ਬਰੀਡ ਦੇ ਵਿੱਚ ਵੈੜਾਂ ਇਸੇ ਕੱਦ ਵਿੱਚ ਦੇਖਦੇ ਹਾਂ, ਵਧੀਆ ਕੱਦ ਆ, ਤੇ ਨਵੀਂ ਆ, ਦੂਜਾ ਸੂਆ ਸੂਣਾ, ਕੋਈ 4-5 ਕੁ ਦਿਨ ਐਸਟੀਮੇਟਡ ਕੋਈ ਸਮਾਂ ਹਜੇ ਬਾਕੀ ਆ, ਭਲਾ ਚੁੱਕਣ ਦੀ, ਚੰਗੀ ਬਣੂਗੀ ਵੱਛੀ। ਠੀਕ ਆ ਜੀ, ਤੇ ਬਾਕੀ ਪ੍ਰਿੰਟ ਪ੍ਰੁੰਟ ਬਹੁਤ ਸੋਹਣਾ, ਆਹ ਦੇਖੋ ਉਧਰੋਂ ਸਿੰਗਾਂ ਦੀ ਗਾਂਦ ਲੱਗ ਗਈ ਬੰਦਾ। ਅੱਛਾ ਹਰਵੇਲ ਬਾਈ, ਪਸ਼ੂ ਜਿੰਨਾ ਵੀ ਆਪਣੇ ਕੋਲ ਹੈਗਾ ਅੱਜ ਫਿਲਹਾਲ 6-7 ਨਗ ਨਗ ਨੇ, ਕੋਈ ਵੀ ਆਨਲਾਈਨ ਸੌਦਾ ਕਰਦਾ ਤੇ ਸਾਰੇ ਕੋਲ ਸੰਧੂ ਸਾਹਿਬ ਤਿੱਪਨ ਓਕੇ ਆ। ਅੱਛਾ ਜੀ, ਦੁੱਧ ਵੀ ਸੰਧੂ ਸਾਹਿਬ ਇਹ ਵੱਛੀ ਜਿਹੜੀ ਆ, ਹਾਂਜੀ 25,000 ਬੋਰਡ ਚੱਲੂਗੀ। ਠੀਕ ਹੈ ਜੀ, ਠੀਕ ਹੈ ਜੀ, ਲਓ ਜੀ। ਦੋਸਤੋ ਬਾਕੀ ਹਜੇ ਬਣਦੀ ਪਈ ਆ ਕਰਮਾਂ ਵਾਲੀ, ਬਾਕੀ ਸੰਧੂ ਸਾਹਿਬ ਹਜੇ ਸ਼ਾਇਦ ਆਉਂਦਿਆ ਵਾ, ਹੋ ਸਕਦਾ 5-7 ਦਿਨ 10 ਵੀ ਲੈ ਜੇ। ਸੋ 5-7 ਦਿਨਾਂ 'ਚ ਪੂਰਾ ਬਖਾਲਾ ਤਿਆਰ ਕਰ ਲੂਗੀ। ਬਿਲਕੁਲ, ਦੂਜਾ ਸੂਆ ਸੋਨਾ ਇਸ ਵੈੜ ਦੇ, ਤੇ ਹਰਵੇਲ ਭਾਈ ਡਿਮਾਂਡ ਕੀ ਰਹੂਗੀ? ਡਿਮਾਂਡ ਸੰਧੂ ਸਾਹਿਬ ਇਹਦੀ 72,000 ਰੁਪਇਆ। ਹਾਂਜੀ, ਉਹਦੇ 'ਚੋਂ ਥੋੜ੍ਹਾ ਬਹੁਤਾ ਮਾਨਤਨ ਆਪਾਂ, ਠੀਕ ਹੈ ਜੀ, ਕਰਾਂਗੇ। ਲਓ ਜੀ, 72,000 ਦੇ ਵਿੱਚੋਂ ਦੋਸਤੋ ਥੋੜ੍ਹਾ ਬਹੁਤਾ ਮਾਨਤਨ ਹੋ ਜੂਗਾ। ਚੰਗੀ ਵੱਡੀ ਵੈੜ ਹੈ ਦੋਸਤੋ, ਜਿਹੜੀ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਵੈੜ ਦਿਖਾਉਣੀ ਹੈ ਵੀ HF ਅੰਗ ਦੇ ਵਿੱਚ ਆ। ਪ੍ਰਿੰਟ ਪ੍ਰੁੰਟ ਤੁਸੀਂ ਬਿਲਕੁਲ ਦੇਖ ਹੀ ਲੈਣਾ ਦੋਸਤੋ, ਵਾਈਟ ਤੇ ਬਲੈਕ ਡੱਬ। ਦੂਜੇ ਸੂਹੇ ਸੋਨਾ ਸੰਧੂ ਸਾਹਿਬ ਇਹਨੇ ਵੀ, ਦੂਜਾ ਸੂਬਾ ਇਹਦਾ ਵੀ ਜਿਹੜਾ ਹਜੇ ਸ਼ਾਇਦ ਹੀ ਆਉਂਦਿਆ। ਠੀਕ ਹੈ ਜੀ, ਬਹੁਤ ਜ਼ਿਆਦਾ ਬਣੂਗੀ ਸੰਧੂ ਸਾਹਿਬ, 26-27 ਲੀਟਰ ਦੀ ਇਹਦੀ ਜਿਹੜੀ ਮਿਲਕ ਕਪੈਸਿਟੀ ਰਹੀ ਪਿਛਲੀ ਵਾਰ। ਹਰਵੇਲ ਹੈ ਵੀ ਬਿਲਕੁਲ ਪਿਓਰ HF ਹੀ ਹੈ। ਬਿਲਕੁਲ ਜੀ, ਬਿਲਕੁਲ, ਬਹੁਤ ਵਧੀਆ, ਤੇ ਆਰਡਰ ਉਡਰ ਦੀ ਕੁਆਲਿਟੀ ਕਾਫੀ ਸੋਹਣੀ ਦੋਸਤੋ, ਥੱਬਿਆਂ ਤੇ ਥੱਬੇ ਵਾਲੀ ਬੈਠੀ ਆ ਕਰਮਾਂ ਵਾਲੀ, ਅਜਾ ਨੂੰ ਲੇਵਾ ਵੀ ਉਹਨਾਂ ਤੇ ਪਛਾਣ ਨੂੰ ਵੀ ਉਹਨਾਂ ਬਣਾ ਕੇ ਤਿਆਰ ਕਰਨ ਲਈ ਆ, ਤੇ ਬਾਕੀ ਦਿਨ ਹਜੇ 5-4 ਜੂ ਲਾਈਟ ਲੈ ਨਾਲ, ਹਾਂਜੀ 5-4 ਕੱਢ ਜੂ ਦਿਨ ਸੰਧੂ ਸਾਹਿਬ, ਜ਼ਿਆਦਾ ਕੱਢੂਗੀ, ਹਜੇ ਕੱਚਾ ਬੋਲਾ ਨਹੀਂ ਪੰਨਿਆ, ਕੱਚਾ ਬੋਲਾ ਤਕਰੀਬਨ ਪਸ਼ੂ 8 ਦਿਨ ਪਹਿਲਾਂ ਪਾਉਂਦਾ ਵਾ। ਅੱਛਾ, ਸ਼ਾਇਦ ਹੀ ਆਉਂਦਾ, ਸ਼ਾਇਦ ਆਉਂਦਾ ਜੀ। ਲਓ ਜੀ,
ਸੋ ਦੋਸਤੋ ਟਿੱਪਣ ਤੇ ਹਜੇ ਸ਼ਾਇਦ ਆਉਂਦਾ, ਠੀਕ ਆ ਜੀ। ਸੋ ਆਹ ਕਰੋ ਚੈੱਕ। ਸੋ ਪ੍ਰਿੰਟ ਪ੍ਰੁੰਟ ਬਹੁਤ ਖੂਬਸੂਰਤ ਆ, ਪੂਰੀ ਰੰਗਬਾਜ ਆ ਤੇ ਚੌੜੇ ਪਿੱਠ ਪੁੜੇ ਦੇ ਵਿੱਚ ਆ, ਰਾਜੀ ਆ, ਵਜਨ ਦੌੜ ਪੂਰਾ ਤੁਸੀਂ ਬੈਠ ਤਾਂ ਦੇਖ ਰਹੇ ਜੀ। ਸੋ ਥਣਾਂ ਦੀ ਇੱਕ ਵਾਰੀ ਕੰਡੀਸ਼ਨ, ਥਣਾਂ ਦਾ ਸਾਈਜ਼ ਆਪਾਂ ਜ਼ਰੂਰ ਤੁਹਾਨੂੰ ਤਸੱਲੀ ਨਾਲ ਦਿਖਾਉਂਦੇ ਹਾਂ, ਬਹੁਤ ਸੋਹਣਾ ਸੰਧੀ ਦਾ ਸਾਈਜ਼ ਵੀ। ਸੋ ਬੈਕ ਸਾਈਡ ਤੋਂ ਅੱਗੋਂ ਪਿੱਛੋਂ ਸੱਜੇ ਖੱਬਿਓਂ ਹਰ ਪਾਸਿਓਂ ਮੇਰਾ ਵੀਰ ਐਨ ਤਸੱਲੀ ਨਾਲ ਦੇਖ ਲਓ। ਬਹੁਤ ਚੰਗੀ ਸੰਧੂ ਸਾਹਿਬ, ਜਿੰਨੀ ਵੀ ਆਪਾਂ ਗੱਲ ਕਰੀਏ ਨਾ, ਦੇਖੋ ਥਾਣ ਮੁੱਠੀ ਅੱਗੇ ਵੇਖੋ ਸੰਜੂ ਸਾਹਿਬ, ਕਿਸ਼ਤੀ ਲੇਵਾ ਬਿਲਕੁਲ ਅੱਗੇ ਪਿੱਛੇ ਬਰਾਬਰ। ਬਿਲਕੁਲ ਜੀ ਬਿਲਕੁਲ, ਬਹੁਤ ਚੰਗੀ। ਲਓ ਜੀ, ਵੈਡ ਪਸੰਦ ਇਹ ਵੀ ਆਊਗੀ ਦੋਸਤੋ, ਸਾਈਕਲ ਨੰਬਰ 'ਤੇ ਅਸੀਂ ਕੀ ਡਿਮਾਂਡ ਕਰਦੇ ਤੁਹਾਨੂੰ ਸਰ? 75 ਯਾਰ, 75 ਬਿਲਕੁਲ ਜੀ। ਅਤੇ ਬਾਕੀ ਛੋਟ ਛੱਪੇ ਹੁੰਦੇ ਰਹਿੰਦੇ? ਬਿਲਕੁਲ ਹੁੰਦੇ ਰਹਿੰਦੇ ਜੀ, ਉਹ ਤਾਂ ਬਿਲਕੁਲ ਮਾਨਤਾ ਮਾਨਤਾ ਜਿਹੜੇ ਬਣੇ ਉਹ ਤਾਂ ਕਰਨੇ ਤੇ ਸੈਕਿੰਡ ਨੰਬਰ 'ਤੇ ਦੋਸਤੋ ਵੈਡ ਸੰਧੂ ਸਾਹਿਬ, ਦੂਜੇ ਨੰਬਰ 'ਤੇ ਆਪਾਂ ਜਿਹੜੀ ਤੁਹਾਨੂੰ ਇਹ ਮੱਝ ਦਿਖਾ ਰਹੇ ਹਾਂ ਪੂਰੀ ਦੇ ਵਿੱਚ। ਅੱਛਾ ਬਾਈ, ਹਰਵੇਲ ਇਹ ਬੂਰੀ ਮੱਝ ਆ ਗਈ? ਬੂਰੀ ਮੱਝ ਆ ਸਮਝ, 15 ਦਿਨ ਸੂਈ ਦਾ ਸਮਾਂ ਹੋ ਗਿਆ ਇਹਨੂੰ। ਅੱਛਾ ਜੀ, ਚੋਣ ਇੱਕ ਨੰਬਰ ਆ, 9 ਸਾਢੇ 9 ਕਿਲੋ, 10 ਦੇ ਲਗਭਗ ਜਿਹੜਾ ਇਹਦੇ ਥੱਲੇ ਦੁੱਧ ਹੋਊਗਾ। ਲਓ ਜੀ, 9-10 ਲੀਟਰ ਕੋਈ ਵੀਰ ਦੁੱਧ ਮੰਨ ਲਏ ਅਤੇ 15 ਕੁ ਦਿਨ ਦਾ ਸਮਾਂ ਜੀ। ਬਿਲਕੁਲ, ਕੱਟੀ ਮਗਰ? ਕੱਟੀ ਆ ਜੀ, ਮਗਰ ਕੱਟੀ ਆ ਜੀ, ਚੰਗਾ ਮਜ਼ਬੂਤ ਆ। ਬਾਕੀ ਥਣ ਚੱਡਾ ਬਹੁਤ ਸੋਹਣਾ ਦੋਸਤੋ, ਅਤੇ ਚੁਬਾਈ ਹੁਣ ਹਰਵੇਲ ਹੋ ਗਈ ਆ ਜੀ? ਹੋਣੀ ਆ ਸੰਧੂ ਸਾਹਿਬ, ਤਿਆਰੀ ਆ। ਠੀਕ ਹੈ ਜੀ, ਲਓ ਦੋਸਤੋ ਚੁਬਾਈ ਹੋਣੀ ਹਜੇ ਬਾਕੀ ਆ ਅਤੇ ਬਾਕੀ 15-15 ਕੁ ਦਿਨਾਂ ਦਾ ਐਸਟੀਮੇਟਡ ਕੋਈ ਸਮਾਂ ਤੁਸੀਂ ਮੰਨ ਸਕਦੇ ਜੇ। ਮਗਰ ਕੱਟੀ ਆ, ਕੱਟੀ ਵੀ ਤੁਸੀਂ ਦੇਖ ਸਕਦੇ ਜੇ, ਬੱਚਾ ਮਗਰ। ਆਹ ਲਓ, 9-10 ਲੀਟਰ 'ਤੇ ਹੁਣ ਜਿਹੜਾ ਬਿਲਕੁਲ ਚੱਲਦੀ ਪਈ ਆ। ਬਾਕੀ ਸਾਨੂੰ 1-2 ਧਾਰਾਂ ਇਹਦੀਆਂ ਮਰਾਦ ਗਏ ਆਪਾਂ ਇੱਥੇ ਇਤਰਾਂ ਹੀ। ਆਹ ਲਓ ਜੀ। ਸੋ ਦੋਸਤੋ ਬਾਕੀ ਕੋਈ ਵੀਰ ਆਪਦੀ 2 ਡੰਗ ਚੋਲੇ 3 ਟਾਈਮ ਚੋਲੇ ਬਾਕੀ ਧਾਰਾਂ 4-4 ਮਾਰ ਕੇ ਤੁਹਾਨੂੰ ਜ਼ਰੂਰ ਦਿਖਾ ਦਿੰਦੇ। ਆਹ ਦੇਖੋ ਜੀ ਸਾਨੂੰ ਸਾਹਿਬ, ਚਵਾਈ ਦਿਖਾ ਦਿਓ, ਇਹ ਪਿਛਲੇ ਥਣਾਂ ਦੀ ਆ। ਇਹ ਅਗਲਿਆਂ ਦੀ, ਆਹ ਕਰੋ ਚੈੱਕ ਜੀ। ਸੋ ਅਗਲੇ ਥਣਾਂ ਦੀ ਚਵਾਈ ਅਤੇ ਮਗਲੇ ਥਣਾਂ ਦੀਆਂ ਧਾਰਾਂ ਜਿਹੜੀਆਂ ਦੋਸਤੋ ਤੁਸੀਂ ਦੇਖ ਲਈਆਂ। ਬਿਲਕੁਲ, ਠੀਕ ਹੈ ਜੀ। ਉਹ ਚੰਗੀ ਚਵਾਈ ਆ ਜਿਹੜੇ ਨੂੰ ਚੋਲਦੇ ਤੇ ਪੂਰੀ ਜਿਹੜੀ ਦੋਸਤੋ ਇਹ ਮੱਝ ਆ ਤੇ ਹਰਵੇਲ ਭਾਈ ਇਹਦਾ ਕੀ ਰਹੂਗਾ ਮੁੱਲ? ਮੁੱਲ ਸੰਧੂ ਸਾਹਿਬ ਇਹਦਾ 72,500 ਚੋਂ ਮੰਨਤਾ ਨੂੰ ਜੋ 72,500 ਚੋਂ, ਹਾਂਜੀ, 2-3 ਬੱਚੇ ਨੂੰ ਛੱਡ ਦਿਓ। ਲਓ ਜੀ, 75,000 ਦੇ ਵਿੱਚੋਂ ਛੋਟ ਛੱਪਾ ਮਾਨਤਾ ਨੂੰ ਹੋ ਜੂਗਾ। ਅੱਗੇ ਆ ਗਈ ਆਪਣੇ ਕੋਲ ਆਹ 4th ਨੰਬਰ 'ਤੇ ਇਹ ਐਨੀਮਲ, ਇਹ ਸੰਧੂ ਸਾਹਿਬ ਵੈਡ ਨੇ ਦੂਜੇ ਸੂਹੇ ਸੂਣਾ, ਕਰੀਬ 20+ ਇਹ ਵੀ ਚੱਲੂਗੀ, ਚੰਗੀ ਆ। ਠੀਕ ਹੈ ਜੀ, ਲਓ ਦੋਸਤੋ 20+ ਵੀਰਾਂ ਦਾ ਵੀ ਇਹਦੀ ਵੀ ਤਸੱਲੀ ਆ, ਚੱਲੂਗੀ 20 ਲੀਟਰ ਤੋਂ ਪਲੱਸ ਚੱਲੂਗੀ। ਅਤੇ ਦੂਜਾ ਸੂਹਾ ਸੋਹਣਾ, ਇਹਨੇ ਦੂਜਾ ਸੂਹਾ ਸੋਹਣਾ ਸੰਧੂ ਸਾਹਿਬ। ਓਕੇ, ਅਤੇ ਥਣ ਥੁਣ ਬਹੁਤ ਵਧੀਆ। ਲਓ ਜੀ, ਸੋ ਦੂਜਾ ਸੂਹਾ ਦੋਸਤੋ ਸੋਹਣਾ, ਬਾਕੀ ਥਣ ਚੱਡਾ ਕਾਫੀ ਸੋਹਣਾ ਅਤੇ ਹਾਈਟ ਮੀਡੀਅਮ ਵੇਲ ਵੂਲ ਸਪੈਸ਼ਲ, ਲੰਬਾਈ ਲੰਬੀ ਬਹੁਤ ਵੀ ਸਪੈਸ਼ਲ ਸੰਧੂ ਸਾਹਿਬ। ਆਹ ਕਰੋ ਚੈੱਕ। ਅਜੇ ਹਰਵੇਲ ਦਿਨ ਕਿੰਨੇ ਕੁ ਕੱਟ ਜੂਗੀ ਸੰਧੂ ਸਾਹਿਬ? ਹਜੇ ਹਫ਼ਤਾ, ਹਫ਼ਤਾ ਤਾਂ ਘੱਟੋ ਘੱਟ ਲੈ ਜੀ। ਬਿਲਕੁਲ ਜੀ, ਲਓ ਜੀ, ਸੋ ਹਫ਼ਤਾ ਲੈਂਦੀ ਆ ਦੋਸਤੋ। ਬਾਕੀ ਪ੍ਰਿੰਟ ਪ੍ਰੁੰਟ ਬਹੁਤ ਜ਼ਿਆਦਾ ਸੋਹਣਾ ਅਤੇ ਸੱਜੇ ਖੱਬੇ ਇੱਕ ਵਾਰੀ ਤੁਹਾਨੂੰ ਥਣ ਥੁਣ ਜ਼ਰੂਰ ਦਿਖਾਉਣੇ ਆ, ਕਰੋ ਚੈੱਕ, ਦਿਖਾ ਦਿਓ। ਬਹੁਤ ਵਧੀਆ, ਓਕੇ ਜੀ। ਕੀ ਡਿਟੇਲ ਸੂਈ ਹੈ ਸੰਧੂ ਸਾਹਿਬ? ਜਰਸੀ ਦਾ ਅਤੇ ਸ਼ਾਹੀਵਾਲ ਦਾ ਕਰੋਸ ਆ, ਥਣ ਥੁਣ ਚੰਗਾ ਇਹਨੂੰ ਲੱਗਾ ਸ਼ਾਹੀਵਾਲ ਦਾ, ਥੱਲੇ ਇਹਦੇ ਕਰੀਬ 9 ਕੁ ਲੀਟਰ ਬੋਲਾ ਹੀ ਆ। ਲਓ ਜੀ, ਦਿਨ ਕਿੰਨੇ ਕੁ ਹੋ ਗਏ ਸੂਈ ਨੂੰ? ਇਹਨੂੰ ਸੰਧੂ ਸਾਹਿਬ 5-6 ਦਿਨ ਹੈ। 5-6 ਦਿਨ, ਸੂਹਾ ਦੂਜਾ ਹੀ ਹੈ? ਸੂਹਾ ਬੱਚਾ ਮਗਰ ਕੀ ਸੀ? ਮਗਰ ਬੱਚਾ ਜੀ। ਬੱਚਾ ਅਤੇ ਦੁੱਧ ਹੁਣ ਕਿੰਨਾ ਕੁ ਆਪਾਂ ਸੰਧੂ ਸਾਹਿਬ? 9 ਕੁ ਲੀਟਰ ਜਿਹੜਾ ਇਸ ਟਾਈਮ ਇਹਦੇ ਥੱਲੇ ਬੋਲਾ ਜੀ, ਆਹ ਮਗਰ ਬੱਚਾ ਜੀ। ਲਓ ਦੋਸਤੋ, 9-10-9 ਕੁ ਲੀਟਰ ਜਿਹੜਾ ਹੁਣ ਦੁੱਧ, ਬਾਕੀ ਸੰਧੂ ਸਾਹਿਬ ਰੇਟ ਬਹੁਤ ਜਾਇਜ਼ ਹੈ ਇਹਦਾ। ਆਹ ਬੱਚਾ ਵੇਖ ਲਓ, ਨਾੜੂ ਬਿਲਕੁਲ ਬੱਚੇ ਦੇ ਨਾਲ, ਠੀਕ ਹੈ ਜੀ। ਦੂਜਾ ਸੂਹਾ ਵਧੀਆ ਅਤੇ ਠੰਡੀ ਧੀਰੀ ਆ, ਵੈਸੇ ਸੀਲ ਸੂਲ ਪੂਰੀ ਆ। ਆਪਾਂ ਸੰਧੂ ਸਾਹਿਬ 2 ਧਾਰਾਂ ਨਾ ਮਾਰ ਕੇ ਦਿਖਾ ਦਿੰਦੇ ਹਾਂ। ਹਾਂ ਜ਼ਰੂਰ ਜੀ,
ਅਤੇ ਬੱਚੇ ਨੂੰ ਲਾ ਕੇ ਦੋਸਤੋ ਕੋਈ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਜ਼ਰੂਰ ਦਿਖਾ ਦਿੰਦੇ ਹਾਂ। ਠੀਕ ਆ, ਅਤੇ ਐਨੀਮਲ ਅੱਜ ਦੋਸਤੋ 7 ਜਿਹੜੇ ਪਸ਼ੂ ਆ ਟੋਟਲ ਬਾਈ ਹਰਵੇਲ ਸਿੰਘ ਦੇ ਫਾਰਮ 'ਤੇ ਵਕਾਊ ਆ। ਵਹਿੜਾਂ ਵੀ ਤੁਹਾਨੂੰ ਦਿਖਾਈ ਜਾਂਦੇ ਪਏ ਆਪਾਂ ਨਾਲ ਦੀ ਨਾਲ, ਜਿਹੜਾ ਪਸ਼ੂ ਸੋਇਆ ਕੋਈ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਵੀ ਤਸੱਲੀ ਕਰਵਾਈ ਜਾਂਦੇ ਆ। ਅਤੇ ਬਾਕੀ ਆਹ ਦੇਖੋ ਜੀ, ਆਹ ਲਿਆਓ ਜੀ ਤੁਹਾਨੂੰ ਸਾਹਿਬ ਆ ਅਗਲਾ ਲਓ ਜੀ। ਠੀਕ ਹੈ ਜੀ, ਇਕੱਲੇ ਇਕੱਲੇ ਥਣ ਦੀ ਜਿਹੜੀ ਦੋਸਤੋ ਆ ਮਗਰਲੇ ਥਣ ਦੀ ਮਗਰਲਾ ਉਲਟਾ ਉਲਟਬੈਣੀ ਦਾ ਮਗਰਲਾ ਥਣਾ ਜੀ। ਠੀਕ ਹੈ, ਅਤੇ ਉਲਟਬੈਣੀ ਵਾਲਾ ਅਗਲਾ ਥਣ, ਅਗਲਾ ਥਣ ਜੀ। ਠੀਕ ਹੈ ਜੀ, ਠੀਕ ਹੈ, ਚੋਣ ਬਹੁਤ ਵਧੀਆ ਮੁੱਠੀ ਥਣ ਸਾਨੂੰ ਸਭ ਭਾਅ ਇਹਦਾ ਬਹੁਤ ਵਾਜਬ ਆ, 26,500 ਬਿਲਕੁਲ ਜਾਇਜ਼ ਰੇਟ। ਕਿੰਨਾ? 26 26,500 ਉਹਦੇ 'ਚੋਂ ਮਾਨਤਾਨ ਕਰਾਂਗੇ। ਲਓ ਜੀ, 26,500 ਦੇ ਵਿੱਚੋਂ ਛੋਟ ਛਾਪਾ ਮਾਨਤਾਨ ਹੋ ਜੂਗਾ। ਅਤੇ ਵੈੜ ਦੋਸਤੋ ਚੰਗੀ ਆ, ਚਵਾਈ ਚੁਬਈ ਫਿੱਟ ਆ। ਬਾਕੀ ਜਿਹੜੇ ਵੀਰ ਨੇ ਥੋੜ੍ਹੇ ਪੈਸੇ ਖਰਚ ਕਰਨੇ ਆ ਉਹਦੇ ਲਈ ਸਪੈਸ਼ਲ ਆ ਦੋਸਤੋ, 26,500 ਮੁੱਲ। ਅਗਲੀ ਆ ਗਈ ਆਪਣੇ ਕੋਲ, ਆ ਬਿਲਕੁਲ ਸੰਧੂ। ਠੀਕ ਹੈ ਜੀ, ਲਓ ਜੀ ਅਗਲੀ ਵੀ ਜਿਹੜੀ ਦੋਸਤੋ ਕ੍ਰੋਸ ਪਣ ਦੇ ਵਿੱਚ ਵੈੜ ਆ, ਅਤੇ ਇਹ ਗੱਬਣ ਹਰਵੇਲ, ਇਹ ਗੱਬਣ ਆ ਸੰਧੂ ਸਾਹਿਬ, ਬਣੂਗੀ ਚੰਗੀ ਵੱਛੀ, ਅਜੇ ਸਮਾਂ ਹਫ਼ਤਾ ਲੈਂਦੀ ਆ। ਓਕੇ, ਬਾਕੀ ਚਵਾਈ ਸੰਧੂ ਸਾਹਿਬ 13-14 ਲੀਟਰ ਦੀ ਕਰਾਊਗੀ। ਲਓ ਵੀ ਦੋਸਤੋ, 13-14 ਲੀਟਰ ਵੀਰਾਂ ਦਾ ਵੀ ਦੁੱਧ ਭਰਨਾ ਚਾਹੀਦਾ ਇਹਨੂੰ, ਬਾਕੀ ਕੱਦ ਮੀਡੀਅਮ ਆ, ਬਾਕੀ ਪੇਟ ਵਾਲੇ ਪਾਸਿਓਂ ਭਾਰੀ ਆ, ਵਜਨ ਵੁਜਨ ਚੰਗਾ ਕਰਮ ਵਾਲੀ ਦਾ, ਅਤੇ ਸੂਆ ਦੂਜਾ ਕੀ ਹੋਊਗੀ। ਬਿਲਕੁਲ ਸੰਧੂ, ਦੂਜਾ ਸੂਆ ਵਾ, ਸੂਣ ਦਾ ਸਮਾਂ ਜਿਹੜਾ ਅਜੇ ਦਾ ਰਹਿ ਗਿਆ ਥੋੜ੍ਹਾ ਜਿਹਾ, ਕੋਈ ਕਰੀਬ ਹਫ਼ਤਾ ਵੀ ਖੜ ਸਕਦੀ ਆ। ਥਣ ਥੁਣ ਬਹੁਤ ਵਧੀਆ। ਹਲੋ ਜੀ ਸੰਧੂ ਸਾਹਿਬ, ਇਹ ਵੀ 26,500 ਦੀ, 26,500 ਦੀ, ਇਹ ਵੀ 26,500। ਲਓ ਜੀ 26,500 ਬੈਕ ਤੋਂ ਚੱਡਾ ਦਿਖਾ ਦਿਓ ਸੰਧੂ। ਸੋ ਬੈਕ ਸਾਈਡ ਤੋਂ ਬਾਕੀ ਤਿਆਰੀ ਹੈਗੀ ਆ, 2-4 ਦਿਨ ਲੈ ਜੂ ਜੀ ਖੜੂਗੀ ਜੀ। ਲਓ ਜੀ, ਸੋ ਤਿਆਰੀ ਕਰਨ ਵਾਲੀ ਦੋਸਤੋ ਕਰ ਲਈ ਇਹਨੇ ਮੁਕੰਮਲ, ਵੈਸੇ 2-4 ਦਿਨ ਹੋਰ ਕੱਢ ਗਈ ਅਤੇ ਲੇਵਾ ਹੋਰ ਵੀ ਆਪਾਂ ਉਮੀਦ ਕਰਦੇ ਹਾਂ, ਬਾਕੀ ਉਹ ਬੂਰੀ ਦੀ ਚਵਾਈ ਹੋਣ ਦੀ ਆ। ਠੀਕ ਆ ਜੀ, ਅਤੇ ਇਹੋ ਐਨੀਮਲ ਸੀ ਅੱਜ ਬਾਈ ਯਾਰ, ਇੱਕ ਹੋਰ ਹੈਗੀ ਉਹ ਵੀ ਦਿਖਾ ਦਿੰਦੇ, ਬੂਰੀ ਦੀ ਚਵਾਈ ਥੋੜ੍ਹੀ ਦਿਖਾ ਦੋਸਤੋ। ਬੂਰੀ ਆਰਾਮ ਨਾਲ ਜਿੱਥੇ ਮਰਜ਼ੀ ਬੰਨ ਕੇ ਆਪਾਂ ਇਹਦੀ ਚਵਾਈ ਕਰਦੇ ਹਾਂ, ਕੋਈ ਹਿਲ ਜੁਲ ਨਹੀਂ। ਠੀਕ ਆ, ਸੋ ਬੂਰੀ ਮੱਝ ਦੀ ਜਿਹੜੀ ਦੋਸਤੋ ਚਵਾਈ ਆਪਾਂ ਕੁਝ ਕੁ ਧਾਰਾਂ ਮਾਰ ਕੇ ਤੁਹਾਨੂੰ ਚੈੱਕ ਕਰਵਾਈ ਸੀ, ਫਿਲਹਾਲ ਚਵਾਈ ਪੂਰੀ ਵੀ ਤੁਸੀਂ ਆ ਦੇਖ ਸਕਦੇ ਜਾਂ ਮਗਰਲੇ ਥਣ ਜੀ। ਸੋ ਦੋਸਤੋ ਇੱਕ ਲਾਸਟ ਦੇ ਵਿੱਚ ਵੈੜ ਤੁਹਾਨੂੰ ਦਿਖਾ ਦਿੰਦੇ ਹਾਂ, ਅਤੇ ਹਰਵੇਲ ਭਾਈ ਇਹ ਵੀ ਗੱਬਣੀ ਆ, ਇਹ ਵੀ ਸੰਧੂ ਸਾਹਿਬ ਗੱਬਣ ਆ। ਹਾਂ, ਬਾਕੀ ਚੰਗੀ ਵੱਛੀ ਇਹ ਵੀ, ਇਹਨੇ ਵੀ ਦੂਜੇ ਸੂਏ ਸੋਣਾ, ਪੂਰੀ ਨਿੱਗਰ ਆ। ਲਓ ਵੀ ਦੋਸਤੋ, ਪਿੰਡੇ ਤੋਂ ਵੀ ਤੁਸੀਂ ਵੇਖੋਗੇ ਪੂਰੀ ਨਿੱਗਰ ਵਜਨ। ਠੀਕ ਆ ਜੀ, ਵੇਟ ਵੂਟ ਪੂਰਾ, ਦੂਜਾ ਸੂਆ ਸੋਹਣਾ, ਦਿਨ 8-7 ਦਿਨ ਐਵੇਂ ਕੱਢ ਜੂਗੀ, 18-19 ਲੀਟਰ ਦੀ ਚਵਾਈ ਜਿਹੜੀ ਨੋਰਮਲ ਕਰਾਊਗੀ। ਅੱਠ ਸੱਤ ਦਿਨ ਇੱਕ ਹਫ਼ਤਾ ਹਜੇ ਕੱਢ ਜੂਗੀ ਸਮਾਂ। ਇੱਕ ਰੰਗ ਬਿਲਕੁਲ ਬਲੈਕ ਆ ਦੋਸਤੋ, ਦੂਜਾ ਸੂਆ, ਅਤੇ ਬਾਕੀ ਆਹ ਤੁਹਾਨੂੰ ਬਿਲਕੁਲ ਤਸੱਲੀ ਨਾਲ ਇੱਕ ਵੀ ਜ਼ਰੂਰ ਦਿਖਾ ਦਈਏ, ਆਹ ਕਰੋ ਚੈੱਕ, ਥਣ ਥੁਣ ਬਹੁਤ ਵਧੀਆ। ਸੰਧੂ ਸਾਹਿਬ ਇੱਕ ਨੀਲੀ ਦਾ ਕੱਟਾ ਆਪਣੇ ਕੋਲੇ। ਅੱਛਾ, ਨੀਲੀ ਦਾ ਕੱਟਾ ਵੀ ਆ ਗਿਆ, ਹਾਂ ਉਹ ਵੀ ਆਪਾਂ ਮੜਾ ਦਿਖਾ ਦਿਓ ਵੀ। ਸੋ ਗੱਲ ਕੀ ਆ ਦੋਸਤੋ, ਵੀ ਅੱਜ ਘੱਟੋ ਘੱਟ ਵੀ 6-7 ਪਸ਼ੂ ਜਿਹੜੇ ਆ ਜਾਓ, ਅੰਦਰ ਹੀ ਆ ਜਾਓ, ਵਹਿੜਾ ਵਕਾਊ ਆ, ਚੁਆਇਸ ਤੁਹਾਡੀ ਆ, ਜਿਹੋ ਜਿਹਾ ਪਸ਼ੂ ਵੀ ਖਰੀਦਣਾ ਅਵੇਲੇਬਲ ਹੈਗਾ, ਅਤੇ ਘਰ ਆਣ ਕੇ ਆਪਦੀ ਨਰਕ ਪਰ ਖਾ ਤਸੱਲੀ ਤੁਸੀਂ ਕਰ ਲਿਓ। ਠੀਕ ਆ, ਆ ਜਾਓ ਇੱਥੇ ਵਿਖਾ ਦਿਓ, ਗੱਬਣ ਪਸ਼ੂ ਵੀ ਅੱਜ ਵੱਡੀ ਗਿਣਤੀ ਦੇ ਵਿੱਚ ਸੀਗੇ, ਆ ਜਾਓ। ਸੋ ਇੱਕ ਨੀਲੀ ਰਾਵੀ ਦਾ ਕੱਟਾ ਜਿਹੜਾ ਉਹ ਵੀ ਵੀਰ ਲੈ ਕੇ ਹਾਜ਼ਰ ਹੋਇਆ, ਬਾਕੀ ਕੱਟਾ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ, ਆ ਲਓ। ਅੱਜ ਨਾ ਲਾਈਟ ਨਹੀਂ ਹੈਗੀ ਯਾਰ, ਅੱਜ ਲਾਈਟ ਵੀ ਅੱਜ ਗਈ ਆ, ਗਈ ਆ, ਕੋਈ ਕੋਈ ਨਹੀਂ, ਮੜਾ ਬਾਹਰ ਕੱਢ ਲਓ ਜੀ। ਆਹ ਕੱਟਾ ਜੀ, ਲਓ ਜੀ
ਤੁਹਾਨੂੰ ਤਾਂ ਬਿਲਕੁਲ ਬਿੱਲੀ ਮਨ ਕੇ ਆਖਾ, ਕੋਹੇ ਨੂਰ ਦਾ ਬੱਚਾ ਵਾ ਇਹ। ਹਾਂ, ਚਾਰੇ ਪੈਰਾਂ ਤੇ ਨਿਸ਼ਾਨ ਆ। ਲਓ ਜੀ, ਅਗਲੇ ਪੈਰਾਂ ਦੇ ਜਵਾਬ ਦੋਸਤੋ ਮਗਰਲੇ ਪੈਰਾਂ ਦੇ ਵੀ ਤੁਹਾਨੂੰ ਨਜ਼ਰ ਆ ਜਾਣੇ ਆ। ਟੈਸਟੀਕਲ ਆ, ਤੁਸੀਂ ਦੇਖੋ, ਠੀਕ ਆ ਜੀ, ਟੈਸਟੀਕਲ ਹੀ ਬਹੁਤ ਪੱਧਰ ਆ। ਤੇ ਫੇਸ ਸਾਰਾ ਜਿਹੜਾ ਵਾਈਟ ਆ, ਫੇਸ ਵਾਈਟ ਆ। ਤੇ ਉਮਰ ਕਿੰਨੀ? ਸਾਲ ਸਵਾ ਸਾਲ 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 ਸਵਾ ਸਾਲ ਦਾ ਸੰਧੂ ਸਾਹਿਬ। ਲਓ ਜੀ, ਬਾਕੀ ਸਿੰਘ ਸੁੰਘ ਬਿਲਕੁਲ ਸ਼ੇਪ ਚ ਮੋੜ ਦਿੰਦੇ ਆ ਵਾ। ਠੀਕ ਆ ਜੀ, ਗੁਲਾਈ ਕਰ ਲਈ ਉੱਚਾ। ਮਾਂ ਇਹਦੀ ਦਾ 15.5-16 ਕਿਲੋ ਦਾ ਰਿਕਾਰਡ ਆ। ਓਕੇ, ਤੇ ਕੋਹੇ ਨੂਰ ਦਾ ਬੱਚਾ ਹੈ। ਠੀਕ ਆ ਜੀ, ਬਾਕੀ ਦੋਸਤੋ ਕੋਹੇ ਨੂਰ ਦਾ ਚੰਗਾ ਬਣੂਗਾ, ਕੋਹੇ ਨੂਰ ਦਾ ਬੱਚਾ। ਸੋ ਥੋੜ੍ਹਾ ਜਿਹਾ ਆਪਾਂ ਤੁਹਾਨੂੰ ਕਰੈਕਟਰ ਦਿਖਾ ਦਿੰਦੇ ਹਾਂ, ਕਰੋ ਚੈੱਕ। ਠੀਕ ਆ ਜੀ, ਮਾਰਕਿੰਗ ਤੁਸੀਂ ਵੇਖੋ। ਬਾਕੀ ਸਪੈਸ਼ਲ ਵੀਡੀਓ ਕਿਸੇ ਮੰਗਾਉਣੀ ਆ ਤਾਂ ਆਪਾਂ ਉਹਨੂੰ ਸਵੇਰੇ ਪਾ ਸਕਦੇ ਹਾਂ। ਬਿਲਕੁਲ। ਸੋ ਬਾਕੀ ਬੱਚਾ ਚੰਗਾ ਜਿਹੜਾ ਵੀਰ, ਅੱਗੇ ਦੋਸਤੋ ਜੀਰੀ ਦਾ ਵੀ ਕੋਈ ਕੱਟਾ ਖਰੀਦਣ ਦਾ ਚਾਹਵਾਨ ਆ, ਤੁਸੀਂ ਜ਼ਰੂਰ ਹੱਥ ਪਾ ਸਕਦੇ ਜੇ। ਬਾਕੀ ਫੇਸ ਵਾਈਟ ਆ ਸਾਰਾ, ਠੀਕ ਹੈ ਜੀ, ਅੱਖ ਬਿੱਲੀ ਮਨਕਣੀ ਅੱਖ ਆ, ਬਿਲਕੁਲ ਨੀਲੀ। ਸਿੰਘ ਸੁੰਘ ਜਿਹੜੇ ਆ ਗੁਲਾਈ ਦੇ ਵਿੱਚ ਇੱਥੋਂ ਕਰਨੇ ਸ਼ੁਰੂ ਕਰਤੇ ਆ। ਆਹ ਲਓ, ਬਹੁਤ ਸੋਹਣਾ। ਇਹਦਾ ਮੁੱਲ ਕੀ ਕਰਾਂ ਸੰਧੂ ਸਾਹਿਬ? ਇਹਦਾ ਲੈ ਦੇ 12,500, ਉਹ 'ਚੋਂ ਛੋਟ ਹੋਊਗੀ। 12,500, ਬਿਲਕੁਲ। ਲਓ ਜੀ, 12,500 ਦੇ ਵਿੱਚੋਂ ਛੋਟ ਅਤੇ ਛੱਪਾ, ਠੀਕ ਆ। ਅਤੇ ਵੈਸੇ ਹਨੇਰਾ ਵੀ ਕਾਫੀ ਹੋ ਗਿਆ, ਕਾਫੀ ਹੋ ਗਿਆ, ਕੋਈ ਗੱਲ ਨਹੀਂ। ਅਤੇ ਇਹ ਦੋਸਤੋ ਅੱਜ ਐਨੀਮਲ ਸੀਗੇ ਬਾਈ ਹਰਵੇਲ ਸਿੰਘ ਦੇ ਫਾਰਮ 'ਤੇ, ਘੱਟੋ ਘੱਟ ਵੀ ਕੋਈ 8-7 ਪਸ਼ੂ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ, ਜਿਨ੍ਹਾਂ ਦੇ ਵਿੱਚੋਂ ਇੱਕ ਬੂਰੀ ਮੱਝ ਦਿਖਾਤੀ ਹੈ, ਬਾਕੀ ਪਸ਼ੂ ਤੁਹਾਨੂੰ ਜਿੰਨੇ ਵੀ ਆ ਸਾਰੀਆਂ ਵਹਿੜਾਂ ਦਿਖਾਈਆਂ ਨੇ। ਸੂਈਆਂ ਬੇਸ਼ੱਕ ਕੋਈ 1-2 ਹੀ ਆ, ਬਾਕੀ ਸਾਰੇ ਪਸ਼ੂ ਕੱਪਣ ਤਿਆਰੀ 'ਤੇ ਆ, ਕੋਈ ਹਫ਼ਤਾ ਸਮਾਂ ਹਜੇ ਬਾਕੀ ਆ ਸੂਣ ਦੇ ਵਿੱਚ। ਓਵਰਆਲ ਸਾਰੇ ਚੰਗੇ ਪਸ਼ੂ, ਹਾਂ ਸਾਰੇ ਪਸ਼ੂ ਚੰਗੇ ਆ। ਬਾਕੀ ਜਿਹੋ ਜਿਹਾ ਕਿਸੇ ਵੀਰ ਨੇ ਪੈਸਾ ਖਰਚ ਕਰਨਾ, ਉਹੋ ਜਿਹੀ ਤੁਹਾਨੂੰ ਦੋਸਤੋ ਕੁਆਲਿਟੀ ਦੀ ਚੀਜ਼ ਆ ਮਿਲ ਜੂਗੀ। ਹਰਵੀਰ ਭਾਈ ਨੰਬਰ ਬੋਲ ਦੇ ਗਏ, 9903882906382025। ਠੀਕ ਆ ਜੀ, ਲਓ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।